ਸਭ ਤੋਂ ਪਹਿਲੇ ਇਹੋ ਜਿਹੇ ਮਾਮਲੇ ਉੱਤੇ ਸਿਆਸੀ ਰੋਟੀਆਂ ਨਹੀਂ ਸੇਕੀਆਂ ਜਾਂਦੀਆਂ। ਹਰੇਕ ਪਾਰਟੀ ਦੇ, ਹਰੇਕ ਪੱਖ ਦੇ ਜਿਹੜੇ ਹੈਗੇ ਨੇ ਕਿਸਾਨ, ਉਹਨਾਂ ਦੀਆਂ ਆਈਆਂ ਹੋਈਆਂ ਨੇ ਇਹਦੇ ਵਿੱਚ ਜ਼ਮੀਨਾਂ, ਉਹ ਜਿੱਧਰ ਮਰਜ਼ੀ ਵੋਟ ਪਾਉਣ, ਪਰ ਇੱਕ ਸੱਚਾਈ ਦੀ ਗੱਲ ਕਰਨੀ ਚਾਹੀਦੀ ਹੈ, ਤਾਂ ਜਾ ਕੇ ਇਹ ਗੱਲ ਕਰਨੀ ਚਾਹੀਦੀ ਹੈ। ਹਲੇ ਜਿਹੜਾ ਉਹਨਾਂ ਨੇ ਵੋਟ ਦੀ ਗੱਲ ਕੀਤੀ ਹੈ, ਉਹ ਵੋਟ ਹਲੇ ਕੋਈ ਜ਼ਾਰੀ ਨਹੀਂ ਹੋਇਆ, ਜਦ ਹੋਊਗਾ ਤਦ ਗੱਲ ਕਰਨ ਘੱਟ ਵੱਧ ਦੀ। ਮੈਂ ਪਹਿਲੇ ਦਿਨ ਤੋਂ ਇਹਨਾਂ ਦਾ ਸਾਥ ਦੇ ਰਹੀ ਹਾਂ, ਇਹਨਾਂ ਦਾ ਇੱਥੇ ਤੱਕ ਪਹੁੰਚਾਇਆ, ਉਹਦਾ ਸਾਰਾ ਡਾਟਾ ਮੈਂ ਦੂਜਿਆਂ ਨੂੰ ਦਿੱਤਾ, ਤੁਹਾਨੂੰ ਵੀ ਪਹੁੰਚਾ ਦਾਂਗੇ ਕਿ ਅਗਸਤ ਦੇ ਮਹੀਨੇ 'ਚ ਪਿਛਲੇ ਸਾਲ, ਪਿਛਲੇ ਸਾਲ ਨਹੀਂ 2021 ਤੋਂ ਲੈ ਕੇ 22 ਤੱਕ, ਫਿਰ 23 ਨੂੰ, 2023 ਦੇ ਵਿੱਚ ਫਿਰ ਇਹਨੂੰ ਜਾਰੀ ਕੀਤਾ, ਇੱਕ 2 ਅਗਸਤ ਨੂੰ, ਇੱਕ 7 ਅਗਸਤ ਨੂੰ, ਫਿਰ ਜਨਵਰੀ ਦੇ ਮਹੀਨੇ ਦੇ ਵਿੱਚ, ਕਿ ਇਹਨਾਂ ਦਾ ਲਾਈਨ ਦੇ ਉੱਤੇ ਆਏ। ਕਿਸਾਨਾਂ ਨੇ ਬੜੀ ਹਿੰਮਤ ਕੀਤੀ, ਇਹ ਕੋਰਟ ਗਏ, ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ 2 ਮਹੀਨਿਆਂ ਦੇ ਅੰਦਰ ਅੰਦਰ ਗਵਰਨਮੈਂਟ ਨੂੰ ਇਹਦਾ ਫੈਸਲਾ ਲੈ ਕੇ ਇਹ ਜਾਰੀ ਕਰਨਾ ਚਾਹੀਦਾ, ਕਿ ਆਪਣਾ 50% ਪੈਸਾ ਤਿਆਰ ਰੱਖਣ, ਇਹਨਾਂ ਦਾ ਕੰਪਨਸੇਸ਼ਨ ਅਨਾਊਂਸ ਕਰੋ ਔਰ ਇਹ ਕੰਮ ਸਿਰੇ ਚੜ੍ਹੇ। ਕਿੰਨੇ ਕਿਸਾਨ ਮਿਲੇ ਤੁਹਾਨੂੰ? ਮੈਂ ਗਿਣਤੀ ਨਹੀਂ ਕੀਤੀ, 24 ਪਿੰਡਾਂ ਤੋਂ, ਕਿਉਂਕਿ ਕੰਮ ਚੱਲ ਰਿਹਾ, 2-2, 4-4, 5-5 ਬੰਦੇ ਆਏ ਨੇ। ਕਾਂਗਰਸ ਦੀ ਗੱਲ ਕਰੀਏ ਤਾਂ ਮੈਨੀਫੈਸਟੋ ਦੇ ਉੱਪਰ ਕਾਫੀ ਸਵਾਲ, ਬੀਜੇਪੀ ਕਾਫੀ ਸਵਾਲ ਖੜੇ ਕਰ ਰਹੀ ਹੈ ਮੈਨੀਫੈਸਟੋ ਤੇ, ਮੈਨੀਫੈਸਟੋ ਦਾ ਕਿਵੇਂ ਦੇਖ ਰਹੇ ਹੋ ਕਾਂਗਰਸ ਜਿਹੜਾ ਹੈਗਾ ਵੀ ਜਾਤੀ ਦੇ ਵਾਸਤੇ ਜਿਹੜਾ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਇਹ ਗਲਤ ਹੈ, ਜਾਤੀ ਉੱਤੇ ਨਹੀਂ ਵੰਡਣਾ ਚਾਹੀਦਾ। ਇਹਦੇ ਉੱਤੇ ਪ੍ਰਧਾਨ ਮੰਤਰੀ ਜੀ ਨੇ, ਅਮਿਤ ਸ਼ਾਹ ਨੇ ਪੂਰਾ ਜਵਾਬ ਦਿੱਤਾ ਜੀ। ਮਤਲਬ ਕੰਪੇਨ ਕੀਤਾ ਜਾ ਰਹੀ ਹੈ, ਕੀ ਮੁੱਦੇ ਕੀ ਰਹਿਣਗੇ ਇਸ ਵਾਰ? ਮੁੱਦੇ ਤਾਂ ਅਸੀਂ ਆਪਣੇ ਮੁੱਦੇ ਲੈ ਕੇ ਜਾਵਾਂਗੇ ਕਿ ਅਸੀਂ ਕੀ ਕਰਾਂਗੇ, ਸਾਡੀ ਪਾਰਟੀ ਕੀ ਕਰੂਗੀ, ਸੈਂਟਰ ਦੀਆਂ ਨੀਤੀਆਂ ਕੀ ਹੋਣਗੀਆਂ, ਔਰ ਜਿਹੜੇ ਲੋਕਲ ਮੁੱਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਮੈਂ ਚੱਕੂੰਗੀ, ਕਿਸ ਤਰ੍ਹਾਂ ਲੈ ਕੇ ਜਾਊਂਗੀ। 2 ਸਾਲ ਦੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਕੰਮਕਾਜ ਨੂੰ? ਬਿਲਕੁਲ ਜ਼ੀਰੋ। ਕੈਪਟਨ ਸਾਹਿਬ ਕਦੋਂ ਜੁਆਇਨ ਕਰ ਰਹੇ ਜੀ? ਬਸ ਮੈਂ ਕਾਗਜ਼ ਭਰੂੰਗੀ ਤਾਂ ਨਾਲ ਹੋਣਗੇ, ਉਸ ਦੇ ਬਾਅਦ ਇੱਥੇ ਹੀ ਨੇ। ਥੈਂਕ ਯੂ ਜੀ। ਤੁਹਾਡੀ ਜੀ ਮਹਾਰਾਣੀ ਪ੍ਰਨੀਤਪੁਰ ਰਾਏ ਸੀ, ਇਲਾਕੇ ਦੇ ਲੋਕਾਂ ਨੂੰ ਬੁਲਾਇਆ ਗਿਆ ਸਾਰਿਆਂ ਨੂੰ। ਇੱਕ ਤਰ੍ਹਾਂ ਦੇ ਨਾਲ ਅਸੀਂ ਇਲੈਕਸ਼ਨ ਦੀ ਸ਼ੁਰੂਆਤ ਕੀਤੀ ਹੈ ਜੀ। ਅਸੀਂ 24 ਪਿੰਡਾਂ ਦਾ ਸਾਡਾ ਸਮੱਸਿਆ ਸੀ ਬਾਈਪਾਸ ਦੀ, 24 ਪਿੰਡਾਂ 'ਚੋਂ ਤਕਰੀਬਨ ਹਰ ਇੱਕ ਪਿੰਡ 'ਚੋਂ 5-7 ਬੰਦੇ ਆਏ ਸੀਗੇ, ਜੋ ਲੋਕਾਂ ਦੀ ਜ਼ਮੀਨ ਅਕੁਆਇਰ ਕੀਤੀ ਗਈ ਸੀ ਉਹ ਅਜੇ ਤੱਕ ਪੈਸੇ ਨਹੀਂ ਦਿੱਤੇ ਗਏ। ਉਹ ਲੋਕਾਂ ਦੀ ਮੰਗ ਸੀ ਸਾਨੂੰ ਪੈਸੇ ਦਿੱਤੇ ਜਾਣ ਅਤੇ ਬਾਈਪਾਸ ਚੱਲਦੀ ਹੋਵੇ। ਮਾਹਣੀ ਸਾਹਿਬ ਨੇ ਸਾਰੇ 24 ਪਿੰਡਾਂ ਦੇ ਇਕੱਲੇ ਇਕੱਲੇ ਪਰਿਵਾਰ ਦੀ ਵਿਅਕਤੀ ਦੀ ਗੱਲ ਬੜੇ ਧਿਆਨ ਨਾਲ ਸੁਣੀ, ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਸਿਰਫ ਪਿੰਡਾਂ ਦੀ ਪ੍ਰੋਬਲਮ ਵੀ ਨੂੰ ਹੱਲ ਕਰਨ ਲਈ ਬੁਲਾਇਆ ਗਿਆ ਸੀ, ਜਾਂ ਲੱਗਦਾ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਬੀਜੇਪੀ ਨਾਲ ਖੜੋਗੇ? ਨਹੀਂ, ਬੀਜੇਪੀ ਦੇ ਨਾਲ ਤਾਂ ਖੜੇ ਹੀ ਹਾਂ ਅਸੀਂ, ਸਮੱਸਿਆ ਵੀ ਬੀਜੇਪੀ ਨਾਲ ਜਾ ਕੇ ਹੱਲ ਹੋਣੀਆਂ ਨੇ ਜੀ। ਸੈਂਟਰ ਸਾਡੀ ਸਰਕਾਰ ਬਣਨੀ ਹੈ, ਬੀਜੇਪੀ ਦੀ ਬਣਨੀ ਆ। 2024 ਅਸੀਂ ਇਲੈਕਸ਼ਨ ਜਿੱਤਾਂਗੇ ਤਾਂ ਲੋਕ ਇਲਾਕੇ ਦੀਆਂ ਸਮੱਸਿਆ ਹੱਲ ਕਰਾਂਗੇ। ਜਿਹੜੇ 4 ਕੈਂਡੀਡੇਟ ਤੋਂ ਕੀ ਲੱਗਦਾ ਮਹਾਰਾਣੀ ਪ੍ਰੀਤ ਦਾ ਕਿਹਦਾ ਟੱਕਰ ਮੰਨਦੇ ਹੋ ਜ਼ਿਆਦਾ? ਸਾਡੀ ਕਿਸੇ ਨਾਲ ਟੱਕਰ ਨਹੀਂ, ਸਾਡੀ ਮਹਾਰਾਣੀ ਪ੍ਰੀਤ ਬਹੁਤ ਵੱਡੀ ਲੀਡ ਨਾਲ ਪਟਿਆਲਾ ਸੀਟ ਜਿੱਤਣਗੇ। ਆਸ ਪਾਸ ਇਲਾਕੇ ਵੀ ਤੁਹਾਡੇ ਨਾਲ ਖੜੇ ਨੇ? ਸਾਰੇ ਸਾਡੇ ਨਾਲ ਨੇ, ਸਾਰੇ ਸੰਪਰਕ 'ਚ ਨੇ, ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ।